स्वागत करना चाहूँगा जी दोस्तों का एक बार फिर रेडियो। हाँ जी 1674 एम मेलबर्न एम होवे तो एम तो ही मेला बनता है तो मेलबर्न मेलियां का शहर आ। मेले इत्थे तकरीबन हर हफ्ते दे विच मेला होंदा पर सच ये कि हर हफ्ते दे विच उन्नी ही तादाद दे विच लोग भी पहुँचते हैं तो मेले दे विच जे कलाकार बहुत वधिया होण ठीक है जी फिर मज़ा वक्खरा रह जाता। और खास करके कि एक नवा समेल जिहड़ा सानू वेखण नू मिल रहा सभ्याचारक और खेड मेला। सो दो चीज़ा दोवां दा जोड़ मिला के सो एक बार फिर साढ़े लिए जी 19 अक्टूबर नू सभ्याचारक ते खेड मेला कलाकार इहदे विच जिथे जॉर्डन संधू ते दिलप्रीत संधू पहुँच रहे हैं उत्थे बहुत सारे खिडारी उन्हां दीआं खेडां केड़ियां केड़ियां होणगीआं अज दे दिन आपां गलबात प्रबंधक नव भाजी कुलदीप कौर जी साढ़े नाल ने पहलां आपां नूं जीओ आया आखदे आं ते मुबारकां भाजी बड़ा वधिया इक उपराला तुहाडा जी। बहुत बहुत मेहरबानी छोटी साहब बहुत बहुत धन्यवाद। हाँ जी रेडियो का सानूं समां देण लई जी। सो भाजी मेला सभ्याचारक ते खेड मेला ਇਹ ਤਾਂ ਇੱਕ ਹੀ ਕਰਾਉਣਾ ਆਪਣੇ ਆਪ ਦੇ ਵਿੱਚ ਬੜਾ ਔਖਾ ਹੁੰਦਾ ਤੁਸੀਂ ਦੋ ਚੀਜ਼ਾਂ ਮੈਨੇਜ ਕਿਵੇਂ ਕਰੋਗੇ? ਭਾਜੀ ਮੈਂ ਕਮਰਸ਼ੀਅਲ ਇਵੈਂਟਸ ਅਸੀਂ ਕਰਵਾ ਰਹੇ ਹਾਂ ਸਾਡੀ ਟੀਮ ਪਿਛਲੇ 2 ਸਾਲ ਤੋਂ ਜੀ ਉਹ ਸਾਰੇ ਸੱਭਿਆਚਾਰਕ ਹੀ ਹੁੰਦੇ ਆ ਮੰਨ ਲਓ ਜਿਸ ਤਰ੍ਹਾਂ ਭੰਗੜੇ ਗਿੱਧੇ ਹੋ ਗਏ ਜਾਂ ਨਾਟਕ ਜਾਂ ਲਾਈਵ ਸਿੰਗਿੰਗ ਹੋ ਗਈ ਅਤੇ ਜਿਸ ਤਰ੍ਹਾਂ ਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਜਿਹੜੇ ਆ ਕਬੱਡੀ ਕੱਪ ਹੁੰਦੇ ਰਹੇ ਆ ਜਾਂ ਲਾ ਲਓ ਕਿ ਅੱਜ ਵੀ ਅਸੀਂ ਇੱਥੇ ਪੈਕਨਮ ਇਕੱਠੇ ਹਾਂ ਇੱਕ ਜੋੜ ਮੇਲਾ ਵਾ ਅਤੇ ਅਸੀਂ ਥੋੜ੍ਹਾ ਜਿਹਾ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਨਾ ਇੱਕ ਰੰਗ ਆਪਾਂ ਉਰੇ ਮਿਸ ਕਰਦੇ ਹਾਂ ਜਿੱਥੇ ਖੇਡਾਂ ਦੇ ਨਾਲ ਨਾਲ ਜਿਹੜੀ ਆ ਭੰਗੜੇ ਗਿੱਧੇ ਨਾਟਕ ਹੋਣ ਔਰ ਨਾਲ ਦੇ ਨਾਲ ਲਾਈਵ ਸਿੰਗਿੰਗ ਪ੍ਰੋਪਰ ਜਿਹੜਾ ਵਾ ਪੰਜਾਬ ਵਾਲਾ ਰੰਗ ਇਹਨੂੰ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਆ ਜਿੱਦਾਂ ਉੱਥੇ ਵੱਡੇ ਵੱਡੇ ਕੱਪ ਹੁੰਦੇ ਆ ਔਰ ਬਾਅਦ ਦੇ ਵਿੱਚ ਜਸ਼ਨ ਮਨਾਏ ਜਾਂਦੇ ਆ ਸੋ ਇਹਨੂੰ ਥੋੜ੍ਹੀ ਜਿਹੀ ਅਲੱਗ ਅਸੀਂ ਦੇਖ ਦੇਵਾਂਗੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਹਰ ਮਤਲਬ ਆਏ ਮਹੀਨੇ ਇੱਕ ਨਾ ਇੱਕ ਨਵਾਂ ਯੂਨੀਕ ਇਵੈਂਟ ਹੁੰਦਾ ਵਾ ਇਹਨੂੰ ਬੇਸਿਕਲੀ ਇੱਕ ਯੂਨੀਕ ਇਵੈਂਟ ਅਸੀਂ ਦਿੱਤਾ ਵਾ ਕਿ ਸਾਰਾ ਕੁਝ ਅੰਡਰ 1 ਪਲੇਟਫਾਰਮ ਇਹਨੂੰ ਅਸੀਂ ਦਿੱਤਾ। ਇਹ ਮੇਲਾ 12-13 ਅਕਤੂਬਰ ਤੋਂ ਸਟਾਰਟ ਹੋਣਾ ਹੈ ਜੀ ਜੀ ਹਾਕੀ ਅਤੇ ਕ੍ਰਿਕਟ ਦੇ ਜਿਹੜੇ ਆ ਲੀਗ ਮੈਚ ਸਟਾਰਟ ਹੋਣਗੇ 19 ਅਕਤੂਬਰ ਨੂੰ ਜਿਹੜਾ ਵਾ ਇਹਦਾ ਫਾਈਨਲ ਮੈਚ ਸਾਰੇ ਨੇ ਅਤੇ ਮੇਨ ਉੱਦਣ ਸਾਰਾ ਬਾਕੀ ਜਿਹੜੀਆਂ ਗੇਮਜ਼ ਆ 19 ਅਕਤੂਬਰ ਨੂੰ ਹੋਣ ਜਾ ਰਹੀ। ਭਾਅ ਜੀ ਜਦੋਂ ਦੱਖਣ ਪੂਰਬੀ ਇਲਾਕਾ ਸਾਊਥ ਈਸਟਰਨ ਸਬਰਬਸ ਦੀ ਗੱਲ ਕਰਦੇ ਹਾਂ ਇੱਕ ਸਮਾਂ ਸੀ ਮੈਨੂੰ ਯਾਦ ਪੈਂਦਾ ਕਿਹਾ ਜਾਂਦਾ ਸੀਗਾ ਕਿ ਯਾਰ ਇੱਧਰ ਹੁੰਦਾ ਹੀ ਕੁਝ ਨਹੀਂ ਆ ਅਤੇ ਹੁਣ ਆਪਾਂ ਵੇਖਦੇ ਹਾਂ ਕਿ ਇੱਧਰ ਹੀ ਕੇਂਦਰ ਬਿੰਦੂ ਆ ਕੋਈ ਖਾਸ ਵਜ੍ਹਾ? ਦੇਖੋ ਮੈਂ ਪਹਿਲਾ ਇਵੈਂਟ ਆਪਣਾ ਕ੍ਰੇਨਬਨ ਦੇ ਵਿੱਚ 18 ਮਾਰਚ 2018 ਨੂੰ ਪਿਛਲੇ ਸਾਲ ਅਸੀਂ ਕਰਵਾਇਆ ਸੀਗਾ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਇੰਨਾ ਵੱਡਾ ਰਿਸਪੋਂਸ ਮਿਲ ਜਾਣਾ ਵਾ ਕਿ ਅਸੀਂ ਨੋਰਮਲੀ ਆਪਾਂ ਇੱਕ ਬਸ ਦਿਲ ਕੀਤਾ ਸੀ ਕਿ ਆਪਾਂ ਯਾਰ 4 ਜੀ ਇਕੱਠੇ ਹੋਏ ਹਾਂ ਅਤੇ ਚਲੋ ਰੌਣਕ ਮੇਲਾ ਕਰਦੇ ਹਾਂ ਪਿੱਛੇ ਜੋ ਕਾਲਜਾਂ ਯੂਨੀਵਰਸਿਟੀਆਂ 'ਚ ਹੁੰਦਾ ਸੀ ਉੱਦਾਂ ਹੀ ਆਪਾਂ ਇੱਥੇ ਔਰਗਨਾਈਜ਼ ਕੀਤਾ ਅਤੇ ਥੋੜ੍ਹਾ ਲੋਕਲ ਗਰਾਊਂਡ ਦੇ ਵਿਚਰਨ ਕਰਕੇ ਨਾ ਲੋਕਾਂ ਨੇ ਸਾਥ ਵੀ ਦਿੱਤਾ ਅਤੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਇਹ ਮੇਲਾ ਭਰ ਗਿਆ। ਉਦੋਂ ਬਾਅਦ ਜਿੱਦਾਂ ਮੈਲਬਰਨ ਦੇ ਬਾਕੀ ਪ੍ਰਮੋਟਰਸ ਆ ਜਾਂ ਲੋਕਲ ਪ੍ਰਮੋਟਰਸ ਆ ਕਾਫੀ ਸਾਰੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਮਤਲਬ ਇੱਥੇ ਪੋਟੈਂਸ਼ੀਅਲ ਹੈ ਸੋ ਸਾਰੇ ਹੀ ਇਸ ਇਲਾਕੇ ਨੂੰ ਪਸੰਦ ਕਰਦੇ ਇੱਥੇ ਮੇਲਾ ਕਰਾਉਣਾ ਅਤੇ ਲੋਕ ਇਟਸ ਲਾਈਕ ਕਿ ਵੀ ਜਿੱਦਾਂ ਮਤਲਬ ਲੈਂਡ ਡਿਵੈਲਪਰਸ ਆਉਂਦੇ ਆ ਕਿ ਇਲਾਕੇ 'ਚ ਪੋਟੈਂਸ਼ੀਅਲ ਆ ਉਸੇ ਤਰ੍ਹਾਂ ਮੈਂ ਕਹਾਂ ਕਿ ਈਵੈਂਟ ਡਿਵੈਲਪਰਸ ਆ ਰਹੇ ਨੇ। ਹਾਂਜੀ ਭਾਅ ਜੀ ਦੇਖੋ ਜਿੱਥੇ ਵੀ ਪੋਟੈਂਸ਼ੀਅਲ ਹੁੰਦੀ ਆ ਉੱਥੇ ਸਾਰੇ ਜਣੇ ਜਾਂਦੇ ਆ। ਮੇਨ ਗੱਲ ਇਹ ਆ ਕਿ ਸਾਨੂੰ ਦੇਖੋ ਕੁਆਲਿਟੀ ਕੰਮ ਕਰਨਾ ਚਾਹੀਦਾ ਹਰ ਇੱਕ ਨੂੰ ਅਤੇ ਇਹ ਇੱਕ ਦੂਜੇ ਦਾ ਸਾਥ ਦੇ ਕੇ ਜਿਹੜਾ ਵਾ ਇਹਨਾਂ ਨੂੰ ਨੇਪਰੇ ਚਾੜਨਾ ਚਾਹੀਦਾ ਕਿਉਂਕਿ ਬੇਸਿਕਲੀ ਕਮਿਊਨਿਟੀ ਲਈ ਕੰਮ ਕਰ ਰਹੇ ਹਾਂ ਆਪਾਂ। ਫਰੀ ਇਵੈਂਟ ਦਾ ਮਤਲਬ ਇਹ ਆ ਕਿ ਜਾਂ ਤਾਂ ਅਸੀਂ ਸ਼ੌਹਰਤ ਭਰ ਰਹੇ ਹਾਂ ਜਾਂ ਅਸੀਂ ਜੋ ਲੋਕਾਂ ਕੋਲੋਂ ਕਮਾਇਆ ਕੀਤਾ ਉਹਨਾਂ ਨੂੰ ਅਸੀਂ ਵਾਪਸ ਦੇ ਰਹੇ ਹਾਂ ਠੀਕ ਹੈ। ਸੋ ਜਦੋਂ ਫਰੀ ਇਵੈਂਟ ਕਰਾਉਂਦੇ ਆਪਾਂ ਇਹ ਬੇਸਿਕਲੀ ਇੱਕ ਕਮਿਊਨਿਟੀ ਦਾ ਪ੍ਰੋਗਰਾਮ ਬਣ ਜਾਂਦਾ ਸੋ ਇਸੇ ਕਰਕੇ ਹੀ ਅਸੀਂ ਮਤਲਬ ਹੁਣ ਜੋ ਵੀ ਇਹਨੂੰ ਇਹਦੀ ਫਰੀ ਐਂਟਰੀ ਕੀਤੀ ਆ ਭਾਜੀ $85,000 ਦਾ ਬਜਟ ਆ ਜੀ ਜੀ ਅਤੇ ਹਰ ਇੱਕ ਪਾਸਿਓਂ ਸਾਨੂੰ ਸਪੋਰਟ ਮਿਲੀ ਆ ਜਿਹੜੇ ਜਿੰਨੇ ਵੀ ਪ੍ਰਾਈਵੇਟ ਜਿਹੜੇ ਹੈਗੇ ਆ ਸਪੋਂਸਰਸ ਉਹਨਾਂ ਨੇ ਸਾਨੂੰ ਹੈਲਪ ਕੀਤੀ ਆ ਔਰ ਕੋਈ ਗਵਰਨਮੈਂਟ ਗ੍ਰਾਂਟ ਇਹਦੇ ਵਿੱਚ ਇਨਵੋਲਵ ਨਹੀਂ ਆ ਮੈਂ ਤੁਹਾਡੇ ਸਾਹਮਣੇ ਦੱਸ ਦੇਣਾ ਚਾਹੁੰਦਾ $0 ਗਵਰਨਮੈਂਟ ਗ੍ਰਾਂਟ ਇੱਕ ਇੱਕ ਪੈਸਾ ਲੋਕਾਂ ਦੀ ਨੇਕ ਕਮਾਈ ਦੇ ਵਿੱਚੋਂ ਆਇਆ ਤੁਹਾਡੇ ਹਾਂਜੀ ਰੇਡੀਓ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸਪੋਰਟ ਕੀਤਾ ਔਰ ਬਾਕੀ ਵੀ ਸਾਰੇ ਮੀਡੀਆ ਨੇ ਸਪੋਰਟ ਕੀਤਾ ਸੋ ਜਦੋਂ ਇਹੋ ਜਿਹੇ ਇਵੈਂਟ ਕਰਾਉਣੇ ਹੁੰਦੇ ਇਹਦਾ ਮਕਸਦ ਇਹੀ ਆ ਕਿ ਇੱਕ ਕਮਿਊਨਿਟੀ ਨੂੰ ਅਸੀਂ ਜਿਹੜਾ ਵਾ ਵਧੀਆ ਇੱਕ ਰੀਪ੍ਰਜੈਂਟ ਕਰੀਏ। ਬਿਲਕੁਲ ਭੈਣ ਜੀ ਸੱਭਿਆਚਾਰਕ ਮੇਲੇ ਦੀ ਗੱਲ ਆਉਂਦੀ ਹੈ ਅਤੇ ਤਕਰੀਬਨ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਪੁਰਾਣੇ ਸਮੇਂ ਦੇ ਵਿੱਚ ਕੋਈ ਇੱਦਾਂ ਦਾ ਸੱਭਿਆਚਾਰਕ ਮੇਲਾ ਹੋਊ ਜਿੱਥੇ ਤੁਸੀਂ ਸਟੇਜ ਜਿਹੜੀ ਆ ਨਹੀਂ ਸੰਭਾਲੀ। ਓਬਵੀਅਸਲੀ ਇੱਥੇ ਵੀ ਤੁਹਾਡੇ ਕੋਲ ਸਟੇਜ ਦੀ ਵਾਗਡੋਰ ਵੀ ਆ ਅਤੇ ਨਾਲ ਪ੍ਰੋਗਰਾਮ ਦੀ ਵਾਗਡੋਰ ਵੀ ਆ ਥੋੜ੍ਹਾ ਜਿਹਾ ਤੁਸੀਂ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕੀ ਖਾਸ ਉਸ ਦਿਨ ਸੱਭਿਆਚਾਰਕ ਵੰਨਗੀਆਂ ਰਹਿਣ ਵਾਲੀਆਂ? ਜੀ ਜ਼ਰੂਰ, ਜਿਵੇਂ ਆਮ ਗਿੱਧਾ ਭੰਗੜਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਉਹ ਆਪਣੇ ਪੰਜਾਬੀ ਲੋਕ ਨਾਚ ਆ
ਹਰੇਕ ਹੀ ਆਪਾਂ ਈਵੈਂਟ ਦੇ ਵਿੱਚ ਇਨਕਲੂਡ ਕਰਦੇ ਹਾਂ, ਬਟ ਅਸੀਂ ਉਸ ਤੋਂ ਵੀ ਵੱਖਰੇ ਜਿਹੜੇ ਰੰਗ ਆ, ਜਿਵੇਂ ਸਾਡੇ ਦੋ ਕਲਾਕਾਰ ਆ ਜਿਹੜੇ ਪੰਜਾਬੀ ਲੋਕ ਗਾਇਕੀ ਆ ਜਿਹੜੀ ਤੁਹਾਡੇ ਰੂਬਰੂ ਕਰਨਗੇ। ਅਕਸਰ ਕਈ ਲੋਕ ਇਹ ਕਹਿ ਦਿੰਦੇ ਆ ਕਿ ਕਈ ਸਿੰਗਰ ਇੱਦਾਂ ਗਾਉਂਦੇ, ਪਰ ਮੈਨੂੰ ਇਹ ਚੀਜ਼ ਹੁੰਦੀ ਕਿ ਅਸੀਂ ਜਿਵੇਂ ਸੱਭਿਆਚਾਰ ਮੇਲਾ ਕਿਹਾ, ਉਹ ਸਾਡੀ ਸਟੇਜ 'ਤੇ ਕੀ ਗਾਉਂਦੇ ਆ, ਸਾਨੂੰ ਉਹ ਚੀਜ਼ ਅਤੇ ਉਹ ਅਸੀਂ ਲੋਕਾਂ ਸਾਹਮਣੇ ਕੀ ਪੇਸ਼ ਕਰਦੇ ਹਾਂ, ਅਸੀਂ ਉਹ ਲੋਕਾਂ ਨੂੰ ਇਸ ਗੱਲ ਦਾ ਕਿ ਕਹਿ ਲਓ ਵਾਅਦਾ ਕਰਦੇ ਹਾਂ ਕਿ ਜਿੰਨੇ ਵੀ ਰੰਗ ਆ ਸੱਭਿਆਚਾਰ ਦੇ, ਜਿਹਦੇ 'ਚ ਜਿਵੇਂ ਗਾਇਕੀ ਆ, ਗਿੱਧਾ, ਭੰਗੜਾ, ਲੋਕ ਨਾਚ ਆ, ਬੱਚਿਆਂ ਦੇ ਵੀ ਨਾਟਕ ਹੋਣਗੇ, ਕੋਰੀਓਗ੍ਰਾਫੀਜ਼ ਹੋਣਗੀਆਂ, ਰੰਗ ਮੰਚਕਾਰੀ ਸਾਡੇ ਨਾਲ ਜੁੜੇ ਨੇ ਇਹ ਸਟੇਜ ਦੇ ਉੱਤੇ, ਜਿਹੜੇ ਸਾਡੀਆਂ ਜਿਹੜੀਆਂ ਸੋਸ਼ਲ ਸਮੱਸਿਆਵਾਂ ਉਹਨਾਂ ਨੂੰ ਨਾਟਕ ਦੇ ਰੂਪ 'ਚ ਲਿਆਉਣਗੇ। ਬਾਕੀ ਪੰਜਾਬੀ ਫੋਕ ਐਂਡ ਥੀਏਟਰ ਦੀ ਟੀਮ ਆ ਜਿਹੜੇ ਕਿ ਐਕਟ ਬਹੁਤ ਸੋਹਣੇ ਕਰਦੇ ਆ, ਅਮਰਦੀਪ ਦੀਦੀ ਟੀਮ ਹਮੇਸ਼ਾ ਹੀ ਮੈਲਬਨ ਦੇ ਵਿੱਚ ਜਿਹੜੇ ਕਿ ਕਹਿ ਲਓ ਪੰਜਾਬ ਦੀਆਂ ਸਮੱਸਿਆਵਾਂ ਉਹਨਾਂ ਨੂੰ ਲੈ ਕੇ ਕੋਰੀਓਗ੍ਰਾਫੀ ਜਿਹੜੀ ਆ ਰੂਬਰੂ ਕਰਦੇ ਆ। ਸੋ ਇਹ ਨਹੀਂ ਕਿ ਸਿਰਫ ਅਸੀਂ ਆਪਣੇ ਸੱਭਿਆਚਾਰ ਦੇ ਵਿੱਚੋਂ ਇੱਕ ਸਿਰਫ ਭੰਗੜਾ ਗਿੱਧਾ ਹੀ ਲੈ ਕੇ ਆ ਰਹੇ, ਅਸੀਂ ਜਿੰਨੇ ਵੀ ਰੰਗ ਆ ਸਟੇਜ ਦੇ ਉਹ ਸਾਰੇ ਰੰਗ ਤੁਹਾਡੇ ਰੂਬਰੂ ਕਰਾਂਗੇ। ਭੈਣ ਜੀ ਫਿਰ ਇਹਦਾ ਮਤਲਬ ਟਾਈਮ ਖੁੱਲ੍ਹਾ ਕੱਢ ਕੇ ਆਈਏ ਜਿੰਨੀਆਂ ਚੀਜ਼ਾਂ ਤੁਸੀਂ ਗਿਣਾਤੀਆਂ। ਹਾਂਜੀ ਜ਼ਰੂਰ, ਕਿਉਂਕਿ ਵੇਖੋ ਇਹ ਦੋ ਚੀਜ਼ਾਂ ਵਾ, ਦੋਵੇਂ ਚੀਜ਼ਾਂ ਅਸੀਂ ਪੈਰਲਲ ਕਰਾ ਰਹੇ ਹਾਂ। ਖੇਡਾਂ ਸਾਰਾ ਦਿਨ ਚੱਲਦੀਆਂ ਰਹਿਣੀਆਂ 9 to 5, ਇੱਦਾਂ ਹੀ ਜਿਹੜਾ ਇਹ ਸਟੇਜ ਦਾ ਸਾਰੀਆਂ ਜਿੰਨੀਆਂ ਵੀ ਪੇਸ਼ਕਾਰੀਆਂ ਉਹ ਵੀ ਸਵੇਰ ਤੋਂ ਸ਼ਾਮ ਤੱਕ ਜਿਹੜੀਆਂ ਅਲੱਗ ਚੱਲਦੀਆਂ ਰਹਿਣੀਆਂ, ਤਾਂ ਜੋ ਕਿਉਂਕਿ ਹੁੰਦਾ ਅਕਸਰ ਆਪਾਂ ਦੇਖਦੇ ਹਾਂ ਜਿਹੜੇ ਖੇਡਾਂ ਦੇ ਸ਼ੌਕੀਨ ਹੁੰਦੇ ਆ ਉਹ ਖੇਡਾਂ ਲਿਜਾਂਦੇ ਆ, ਜਿਨ੍ਹਾਂ ਨੂੰ ਜ਼ਿਆਦਾ ਹੁੰਦਾ ਕਿ ਅਸੀਂ ਆਪਣਾ ਰੰਗ ਮੰਚ ਜਾਂ ਸੱਭਿਆਚਾਰ ਦਾ ਕਹਿ ਲਓ ਆਨੰਦ ਮਾਣੀਏ, ਉਹ ਇੱਧਰ ਆਉਂਦੇ। ਸੋ ਅਸੀਂ ਇਹ ਦੋਵੇਂ ਚੀਜ਼ਾਂ ਪੈਰਲ ਸਾਰਾ ਦਿਨ ਜਿਹੜੀਆਂ ਚਲਾਵਾਂਗੇ ਤਾਂ ਜੋ ਲੋਕ ਜਿਹੜਾ ਇਸ ਮੇਲੇ ਦਾ ਪੂਰਾ ਆਨੰਦ ਮਾਣ ਸਕਣ। ਸਾਡੇ ਵੱਲੋਂ ਵੀ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਅਤੇ ਨਾਲ ਬੈਸਟ ਵਿਸ਼ਿਜ਼ ਵੀ ਕਿ ਤੁਹਾਡਾ ਇਹ ਮੇਲਾ ਪਰਮਾਤਮਾ ਕਰੇ ਸਫਲ ਜਾਵੇ। ਸੋ 19 ਅਕਤੂਬਰ ਨੂੰ ਦੋਸਤੋ ਮੇਲਾ ਹੋਣ ਜਾ ਰਿਹਾ, 19 ਅਕਤੂਬਰ ਨੂੰ, ਸੋ ਜ਼ਰੂਰ ਖਿਆਲ ਰੱਖਿਆ ਜਾਵੇ। ਟ੍ਰੇਨਬਰਨ ਦਾ ਹੀ ਏਰੀਆ ਜੀ ਭਾਜੀ। ਹਾਂਜੀ ਛੋਟੇ ਸਾਹਿਬ, ਮੈਂ ਤੁਹਾਡੇ ਦਰਸ਼ਕਾਂ ਨਾਲ ਇੱਕ ਡਿਟੇਲ ਸਾਂਝੀ ਕਰ ਦੇਵਾਂ, ਕਿਉਂਕਿ ਸਾਡੇ 2-3 ਪੋਸਟਰ ਤੁਰੇ ਫਿਰਨ ਡਏ ਆ, 12-13 ਅਕਤੂਬਰ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਵਾ 19 ਅਕਤੂਬਰ ਵਾਲਾ ਪੋਸਟਰ ਜਿਹੜਾ ਚੱਲ ਰਿਹਾ ਵਾ। ਹਾਕੀ ਅਤੇ ਕ੍ਰਿਕਟ ਪ੍ਰੇਮੀਆਂ ਵਾਸਤੇ ਜਾਣਕਾਰੀ ਆ ਕਿ 12-13 ਅਕਤੂਬਰ ਨੂੰ ਇਹਨਾਂ ਦੇ ਲੀਗ ਮੈਚ ਸਟਾਰਟ ਹੋ ਜਾਣਗੇ ਜੀ। JC ਮਿਲਸ ਜਿਹੜੀ ਰਿਜ਼ਰਵ ਆ ਡੈਂਡੀਨੋਂਗ ਦੇ ਵਿੱਚ ਹੈਗੀ ਆ, ਸਵੇਰੇ 9 to 4 PM ਤੱਕ 12-13 ਅਕਤੂਬਰ ਨੂੰ ਹਾਕੀ ਦੇ ਮੈਚ ਹੋਣਗੇ। ਲੋਸਨ ਪੂਲ ਜਿਹੜੀ ਕ੍ਰੇਨਬਰਨ ਦੇ ਵਿੱਚ ਹੈਗੀ ਆ, ਇੱਥੇ 9 to 4, 12-13 ਅਕਤੂਬਰ ਨੂੰ ਜਿਹੜੇ ਆ ਕ੍ਰਿਕਟ ਦੇ ਮੈਚ ਹੋਣਗੇ। ਇਹਨਾਂ ਸੇਮ ਜਗ੍ਹਾਵਾਂ ਦੇ 19 ਅਕਤੂਬਰ ਨੂੰ ਇਹਨਾਂ ਦਾ ਫਾਈਨਲ ਸਵੇਰੇ 8 to 11:30 ਤੱਕ ਜਿਹੜਾ ਫਿਨਿਸ਼ ਹੋ ਜਾਊਗਾ, ਅਤੇ 19 ਤਰੀਕ ਨੂੰ ਜਿਹੜਾ ਮੇਨ ਅਰੇਨਾ ਸਾਡਾ KC ਕਾਮਰਸ ਫੁੱਟਬਾਲ ਕਲੱਬ 27 ਓਟਲਸ ਰੋਡ ਕ੍ਰੇਨਬਰਨ, ਇੱਥੇ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਤੱਕ ਜਿਹੜਾ ਵਾ ਮੇਲਾ ਹੋਣਾ ਜੀ। ਇਹਦੇ ਵਿੱਚ ਵੰਗੀਆਂ ਹੈਗੀਆਂ ਨੇ, ਕਬੱਡੀ, ਰਸਾਕਸੀ, ਭੰਗੜਾ, ਗਿੱਧਾ, ਚਾਟੀ ਰੇਸ, ਬੱਚਿਆਂ ਦੀਆਂ ਦੌੜਾਂ, ਬਜ਼ੁਰਗਾਂ ਦੀਆਂ ਦੌੜਾਂ, ਔਰ ਇਹਦੇ ਵਿੱਚ ਜਿਹੜੇ ਉੱਥੇ ਹੈਗੇ ਆ ਬਾਡੀ ਬਿਲਡਿੰਗ ਸ਼ੋਅ ਆ, ਆਪਣਾ ਇਹਦੇ ਵਿੱਚ ਚਾਟੀ ਰੇਸ ਆ, ਮਿਊਜ਼ੀਕਲ ਚੇਅਰ ਆ, ਡੰਡ ਬੈਠਕਾਂ ਮੁਕਾਬਲਾ ਆ, ਔਰ ਇਹਦੇ ਵਿੱਚ ਰੰਗ। ਉਸ ਤੋਂ ਬਾਅਦ ਅਰਾਊਂਡ ਸਾਡੇ ਕੋਲ 26 ਜਿਹੜੀਆਂ ਕਲਚਰਲ ਪਰਫੋਰਮੈਂਸਿਸ ਆ, ਉਹਦੇ ਬਾਅਦ ਅਸੀਂ ਸ਼ਾਮ ਨੂੰ ਜਿਹੜਾ ਸਾਰਾ ਜਿਹੜਾ ਇਹਦੀ ਸਮਾਪਤੀ ਆ ਉਹ ਜਸ਼ਨ ਦੇ ਨਾਲ ਦਿਲਪ੍ਰੀਤ ਢਿੱਲੋਂ ਅਤੇ ਜੋਰਡਨ ਸੰਧੂ ਦੀ ਲਾਈਵ ਜਿਹੜੀ ਸਿੰਗਿੰਗ ਆ ਉਹਦੇ ਨਾਲ ਇਹਦੀ ਸਮਾਪਤੀ ਹੋਊਗੀ। ਸੋ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਸਰੋਤਿਆਂ ਨੂੰ ਅਸੀਂ ਬਹੁਤ ਬਹੁਤ ਜੀਆਂ ਕਹਿੰਦੇ ਹਾਂ, ਹਾਂਜੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਔਰ ਹਾਂਜੀ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਸਪੋਰਟ ਕਰਦੇ ਹੋ, ਸਾਰੇ ਮੇਲਿਆਂ ਵਾਲਿਆਂ ਨੂੰ ਸਪੋਰਟ ਕਰਦੇ ਹੋ, ਬਹੁਤ ਬਹੁਤ ਤੁਹਾਡੇ ਸਭ ਤੁਹਾਡਾ ਧੰਨਵਾਦ। ਬਹੁਤ ਬਹੁਤ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਦੋਸਤੋ। 19 ਅਕਤੂਬਰ ਦਿਨ ਰੱਖਿਓ ਯਾਦ, ਕਿਉਂਕਿ ਦਿਨ ਬਹੁਤ ਖਾਸ ਹੋਣ ਵਾਲਾ ਔਰ ਮੇਲਾ ਵੀ ਬਹੁਤ ਹੀ ਵਧੀਆ ਹੋਣ ਵਾਲਾ। ਮੈਂ ਗੁਰਜੋਤ ਸਿੰਘ ਸੋਢੀ ਲਈਨਾ ਤੁਹਾਡੇ ਕੋਲੋਂ ਇਜਾਜ਼ਤ, ਕਿਹਾ ਸੁਣਿਆ ਮਾਫ, ਜੁੜੇ ਰਹੋ, ਸੁਣਦੇ ਰਹੋ ਜੀ ਰੇਡੀਓ ਹਾਂਜੀ 1674 AM। ਕੈਮਰੇ ਦੇ ਉੱਤੇ ਮੇਰੇ ਨਾਲ ਅਮਰਿੰਦਰ ਗਿੱਧਾ, ਧੰਨਵਾਦ।